ਅੱਛਾ ਜੀ, ਖਬਰ ਜਿਹੜੀ ਉਹ ਬਹੁਤ ਮਾੜੀ ਆ ਰਹੀ ਆ। ਰੂਸ ਦੇ 1000 ਵਰਗ ਕਿਲੋਮੀਟਰ ਇਲਾਕੇ ਦੇ ਵਿੱਚ ਯੂਕਰੇਨ ਦਾ ਕਬਜ਼ਾ। ਸੋ ਮਾੜੀ ਇਸ ਲਈ ਆ ਕਿ ਸ਼ਾਂਤੀ ਵੱਲ ਹੁਣ ਇਹ ਦੋਨੋਂ ਮੁਲਕ ਜਾਂਦੇ ਨਹੀਂ ਨਜ਼ਰ ਆ ਰਹੇ, ਅਤੇ 28 ਪਿੰਡ ਜਿਹੜੇ ਉਹ ਖੋਏ, ਅਤੇ ਪੁਤਿਨ ਨੇ ਯੂਕਰੇਨੀ ਸੈਨਿਕਾਂ ਨੂੰ ਖਦੇੜਨ ਦੇ ਜਿਹੜੇ ਉਹ ਆਦੇਸ਼ ਦਿੱਤੇ। ਸੋ ਯੂਕਰੇਨ ਨੇ ਰੂਸ ਦੇ 1000 ਵਰਗ ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਆ, ਅਤੇ CNN ਦੇ ਮੁਤਾਬਕ 1 ਹਫ਼ਤੇ ਪਹਿਲਾਂ ਯੂਕਰੇਨੀ ਸੈਨਿਕਾਂ ਨੇ ਰੂਸ ਦੇ ਕੁਸਰਕ ਇਲਾਕੇ ਦੇ ਉੱਤੇ ਹਮਲਾ ਕੀਤਾ ਸੀ, ਅਤੇ ਉਦੋਂ ਤੋਂ ਇੱਥੋਂ ਦੇ ਕਰੀਬ 28 ਪਿੰਡਾਂ 'ਤੇ ਕਬਜ਼ਾ ਕਰ ਚੁੱਕੇ ਆ। ਸੋ ਕੁਸਰਕ ਦੇ ਵਿੱਚ ਟੈਂਕਾਂ ਅਤੇ ਤੋਪਖਾਨਿਆਂ ਦੇ ਨਾਲ ਲੈਸ ਕਰੀਬ 1000 ਯੂਕਰੇਨੀ ਸੈਨਿਕ 6 ਅਗਸਤ ਨੂੰ ਦਾਖਲ ਹੋਏ ਸੀ, ਅਤੇ ਇਸ ਤੋਂ ਬਾਅਦ ਰੂਸ ਨੇ 8 ਅਗਸਤ ਨੂੰ ਹੀ ਇੱਥੇ ਜਿਹੜੀ ਐਮਰਜੈਂਸੀ ਲਗਾ ਦਿੱਤੀ ਸੀ। ਸੋ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਇਹਨੂੰ ਯੂਕਰੇਨ ਦੀ ਉਕਸਾਉਣ ਵਾਲੀ ਹਰਕਤ ਦੱਸਿਆ ਆ। ਉਹਨਾਂ ਨੇ ਆਪਣੇ ਰਕਸ਼ਾ ਅਧਿਕਾਰੀਆਂ ਨੂੰ ਯੂਕਰੇਨੀ ਸੈਨਾ ਨੂੰ ਰੂਸੀ ਇਲਾਕੇ ਤੋਂ ਖਦੇੜਨ ਦੇ ਆਦੇਸ਼ ਦਿੱਤੇ ਆ। ਸੋ ਤਸਵੀਰਾਂ ਆਈਆਂ ਹੋਈਆਂ ਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਆ। ਸੋ ਰਿਪੋਰਟ ਦੇ ਮੁਤਾਬਕ ਪੁਤਿਨ ਨੇ ਸੋਮਵਾਰ ਨੂੰ ਕੁਸਰਕ ਦੇ ਸਥਾਨੀ ਨੇਤਾਵਾਂ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਕੁਸਰਕ ਦੇ ਜਿਹੜੇ ਪ੍ਰਮੁੱਖ ਅਲੈਕਸੀ ਨੇ ਪੁਤਿਨ ਨੂੰ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਈ ਬਸਤੀਆਂ ਦੇ ਉੱਤੇ ਯੂਕਰੇਨੀ ਸੈਨਾ ਨੇ ਕਬਜ਼ਾ ਕਰ ਲਿਆ ਆ। ਯੂਕਰੇਨੀ ਹਮਲੇ ਦੇ ਵਿੱਚ 12 ਰੂਸੀ ਨਾਗਰਿਕ ਵੀ ਮਾਰੇ ਗਏ ਆ, ਅਤੇ 121 ਜ਼ਖਮੀ ਹੋਏ ਆ। ਇਸ ਤੋਂ ਇਲਾਵਾ ਜੀ, ਸਮੀਰ ਨੋਵਾ ਨੇ ਕਿਹਾ ਕਿ ਯੂਕਰੇਨੀ ਸੈਨਾ ਰੂਸ ਦੇ ਵਿੱਚ 30 ਕਿਲੋਮੀਟਰ ਅੰਦਰ ਤੱਕ ਜਾ ਚੁੱਕੀ ਆ, ਅਤੇ ਬੈਠਕ ਦੇ ਵਿੱਚ ਸ਼ਾਮਲ ਯੂਕਰੇਨੀ ਸੈਨਿਆ ਪ੍ਰਮੁੱਖ ਜਿਹੜੇ ਅਲੈਕਸਾਂਡਰ ਨੇ ਪੁਤਿਨ ਨੂੰ ਕਿਹਾ ਕਿ ਲਗਭਗ 386 ਵਰਗ ਮੀਲ ਜਿਹੜੇ ਰੂਸੀ ਇਲਾਕੇ ਦੇ ਉੱਤੇ ਯੂਕਰੇਨ ਨੇ ਕੰਟਰੋਲ ਕਰ ਲਿਆ ਆ। ਸੋ ਅੱਗੇ ਹੁਣ ਦੇਖੋ ਜੀ, 1.21 ਲੱਖ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ ਆ, ਅਤੇ ਯੂਕਰੇਨੀ ਸੈਨਾ ਨੇ ਸੈਨਾ ਦੇ ਕਬਜ਼ੇ ਵਾਲੇ ਇਲਾਕੇ ਦੇ ਵਿੱਚ ਕਰੀਬ 2000 ਰੂਸੀ ਨਾਗਰਿਕ ਹੁਣ ਵੀ ਮੌਜੂਦ ਆ। ਸੋ ਆਉਣ ਵਾਲੇ ਸਮੇਂ 'ਚ ਹੁਣ ਸਾਰੀ ਗੱਲਬਾਤ ਪਤਾ ਲੱਗੇਗੀ, ਅਤੇ ਪੁਤਿਨ ਨੇ ਹੁਣ ਇਹ ਕਿਹਾ ਆ ਕਿ ਯੂਕਰੇਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਅਤੇ ਪੁਤਿਨ ਨੇ ਕਿਹਾ ਕਿ ਯੂਕਰੇਨ ਰੂਸੀ ਇਲਾਕੇ ਦੇ ਉੱਪਰ ਕਬਜ਼ਾ ਕਰਕੇ ਸੀਜ਼ਫਾਇਰ ਦੇ ਸਮਝੌਤੇ ਦੇ ਲਈ ਆਪਣੇ ਪਕਸ਼ ਮਜ਼ਬੂਤ ਕਰਨਾ ਚਾਹੁੰਦਾ, ਲੇਕਿਨ ਅਸੀਂ ਉਹਨਾਂ ਲੋਕਾਂ ਦੇ ਨਾਲ ਕੋਈ ਸਮਝੌਤਾ ਜਿਹੜਾ ਉਹ ਨਹੀਂ ਕਰਾਂਗੇ। ਸੋ ਰੂਸ ਦੇ 30 ਕਿਲੋਮੀਟਰ ਤੱਕ ਇਹ ਜਾ ਚੁੱਕਾ ਆ, ਕਈ ਇਮਾਰਤਾਂ 'ਤੇ ਝੰਡੇ ਵੀ ਲਗਾਏ ਆ, ਅਤੇ ਇਹ ਸਾਰੀ ਗੱਲਬਾਤ ਜਿਹੜੀ ਉਹ ਤੁਸੀਂ ਦੇਖ ਸਕਦੇ ਆ, ਸਾਰੀ ਖਬਰ ਜਿਹੜੀ ਉਹ ਆਈ ਹੋਈ।